ਬੇੜਾ ਗਰਕ ਕੀਤਾ ਤੂੰ ਇਹਦੇ ਸਾਰੇ ਉਹ ਮੈਂ ਕਿੰਨਾ ਨੂੰ ਬੇੜਾ ਗਰਕ ਕੀਤਾ ਭਾਰ ਚ ਵੀ ਉਈ 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 ਪੱਲੀ ਐਡੀ ਸੋਹਣੀ ਲੱਗਦੀ ਸੀ ਮੇਰੀ ਬੀਵੀ ਐ ਖੁਸਰਾ ਨਹੀਂ ਖੁਸਰਾ ਹਾਂ ਇਨ ਜਿੰਨ ਚਿਮੜਿਆ ਜਿੰਨ ਨਾ ਬਾਬੇ ਕੋਲ ਚਲਾ ਗਿਆ ਕਹਿੰਦਾ ਮੈਨੂੰ ਕੱਢ ਲਾ ਮੇਰੇ ਕੋਲ ਇੰਨੀਆਂ ਤਕਲੀਫਾਂ ਨਹੀਂ ਚਲੀਆਂ ਯਾਰ ਤੂੰ ਤਕਲੀਫਾਂ ਦੀ ਗੱਲ ਕਰੇਗਾ ਹਾਂ ਸਾਲਾ ਐਡਾ ਕਮਜ਼ੋਰ ਆ 5 ਮਿੰਟ ਦਾ ਕੰਮ ਕਰਦਾ ਡੇਢ ਘੰਟਾ ਲੱਗ ਜਾਂਦਾ ਇਹਨੂੰ ਹੋਸ਼ ਫੜਨ ਤੇ ਓਏ ਹੋਸ਼ ਤੇ ਫੜਦਾ ਹੀ ਨਹੀਂ ਕੀ ਨਸੀਬ ਪੈਸੇ ਫੜਦਾ ਕੀ ਨਸੀਬ ਨੇ ਤੇਰੇ ਬਦ ਨਸੀਬ ਖੁਸਰਾ ਤੂੰ ਸਾਨੂੰ ਗੱਲਾਂ ਕਰਨ ਨਹੀਂ ਨਹੀਂ ਤੁਹਾਨੂੰ ਨਹੀਂ ਆਪ ਤੂੰ ਤੇਲ ਫੜਾਉਣ ਗਿਆ ਬੰਦਿਆਂ ਨੂੰ ਝਾਤੀ ਮਾਰਨ ਪਹਿਲੇ ਮੈਨੂੰ ਇਹ ਦੱਸ ਕੀ ਲੁਕਾਉਣ ਦੇ ਆ ਬਾਰ ਬਾਰ ਸਿਰਫ ਮੈਨੂੰ ਕੋਈ ਗੱਲ ਦਾ ਜਵਾਬ ਕਰ ਕੋਈ ਬੰਦਿਆਂ ਦੀ ਅਦਬ ਅਦਬ ਕਿਸ ਗੱਲ ਦਾ ਨਫਾਸਤ ਲੈ ਸਟਾਈਲ ਵੀ ਕੋਈ ਚੀਜ਼ ਹੁੰਦੀ ਹੈ ਤੁਸੀਂ ਅੱਜ ਤੱਕ ਬੰਦਿਆਂ 'ਚ ਹੀ ਨਹੀਂ ਰਲੇ ਸਮਾਨ ਸੀ ਵੀ ਕਿੰਨਾ ਕੁ ਰੱਖ ਲੈਣੇਗਾ ਸਾਲਾ ਇੱਕ ਖੁਸਰਾ ਦੂਜਾ ਕਮਜ਼ੋਰ ਲੱਗਦਾ ਬਸ ਉਲਟੀ ਤਾਂ ਬਾਹਰ ਖਲੋਤੇ ਤੇਰੀ ਵੀ ਕੀ ਜ਼ਿੰਦਗੀ ਹੈ ਫੜਕਣੀ ਨਾ ਹੋਵੇ ਤੇ ਅੱਧੀ ਦੁਕਾਨਦਾਰੀ ਨਹੀਂ ਹੁੰਦੀ ਆਪਣੇ ਘਰ ਜਾਣਾ ਸੀ ਸਾਹਮਣੇ ਘਰ ਵੜ ਗਿਆ ਹਵਾ ਉਤਰਦੀ ਸੀ ਹੋਰ ਇਹਨਾਂ ਦਾ ਘਰ ਸੀ ਹਲਕਾ ਜਿਹਾ ਲੰਘ ਕੀਤਾ ਬਾਹਰ ਆ ਗਿਆ ਕੀ ਕਹਿੰਦਾ ਸਲਮਾ ਆਗਾ ਤੂੰ ਲੋਕਾਂ ਨੂੰ ਗੱਲਾਂ ਕਰੇਗਾ ਕੀ ਯਾਦ ਕਰ ਸਰਦੀਆਂ ਜਿਸ ਵੇਲੇ ਤੂੰ ਹਮਾਮ ਦੇ ਵਿੱਚ ਗੀਜ਼ਰ ਨੂੰ ਫੂਕਾ ਮਾਰਨ ਨੀਵਾਂ ਹੁੰਦਾ ਸਾਂ ਪਿੱਛੋਂ ਕੀ ਅਖਬਾਰਾਂ ਪੜ੍ਹਦੇ ਲੋਕ ਆ ਸਨ ਆ ਵੀ ਬਗੈਰਤ ਨਹਾਉਣ ਆਇਆ ਸੀ ਅੱਛਾ ਗੁਸਲਖਾਨੇ 'ਚ ਵੜਿਆ ਗੱਟਰ 'ਚੋਂ ਕੱਢਿਆ ਸਾਲਾ ਪੈਪਾਂ ਥਾਂ ਨਹੀਂ ਨਿਕਲ ਗਏ ਭਾਈ ਸਾਲੀ ਨਹੀਂ ਕਹਿ ਸਕਦਾ ਉਹ ਤੈਨੂੰ ਤੂੰ ਜਿਸ ਬੇਸ ਉਹ ਤੇਰੇ ਤਮਾਸ਼ਬੀਨ ਤੇ ਲਾਣਤ ਜਿਹਦੀ ਵਜ੍ਹਾ ਤੋਂ ਤੂੰ ਖੁਸਰਾ ਆਇਆ ਉਹ ਉਸ ਬੰਦੇ ਤੇ ਲਾਣਤ ਤੈਨੂੰ ਮੈਂ ਕੀ ਕਹਾਂ ਉਸ ਬੰਦੇ ਦੀ ਕੀ ਜ਼ਿੰਦਗੀ ਜਿਹੜਾ ਤੇਰੀ ਵਜ੍ਹਾ ਤੋਂ ਨਹਾਉਂਦਾ ਓਏ ਤੇਰੀ ਵੀ ਕੀ ਉਹ ਲੱਖ ਲਾਣਤ ਉਸ ਬੰਦੇ ਦੇ ਜਜ਼ਬਾਤਾਂ ਤੇ ਮੈਂ ਕੀ ਕਰਾਂ ਓਏ ਵੇ ਲੋਕਾਂ ਚ ਨੁਕਸ ਕੱਢ ਮੈਂ ਵੇਖ ਲੈ ਤੂੰ ਕੀ ਕਿਸੇ ਦੀ ਮਾਂ ਮਰੀ ਹੋਏ ਤੁਸੀਂ ਦੇਖਦੇ ਕੋਲਿਆਂ ਤੇ ਆਪਣੀ ਦੁੱਧ ਪੱਤੀ ਧਰੀ ਹੁੰਦੀ ਓਏ ਤਮੀਜ਼ ਕਰੀ ਜਾ ਨਾ ਮੈਨੂੰ ਕੀ ਕਰੇ ਸਾਲੇ ਜਿਹਦੇ ਨਾਲ ਪਿਆਰ ਕਰਦੇ ਉਹਦਾ ਮੂੰਹ ਨਹੀਂ ਵੇਖ ਸਕਦੇ ਕਿਹੜਾ ਬੰਦਾ ਤੈਨੂੰ ਤਾਰੇ ਮੇਰੇ ਦਾ ਤੇਲ ਲਾ ਕੇ ਤੈਨੂੰ ਚੈਨ ਹੀ ਨਹੀਂ ਆ ਰਿਹਾ ਸਾਈਕਲ ਦੀ ਤਾਰ ਟੇਕੇ ਖਲੋਇਆ ਤੇਰੀ ਮੇਰੀ ਦੁਸ਼ਮਣੀ ਲਹਿਦਾ ਵਾ ਇਹ ਗੱਲ ਜ਼ੇਹਨ ਚ ਰੱਖੀ ਜੇ ਹੁਣ ਤੂੰ ਪੰਗਾ ਲੈਣਾ ਮੈਂ ਤਾਂ ਛੁੱਟੀ ਕਰਾ ਦੇਣਾ ਤੇਰੀ ਪਾ ਲੈ ਵੇ ਦੁਸ਼ਮਣੀ ਤੇਰੇ ਨਾਲ ਆਪ ਕਮਜ਼ੋਰ ਹੋਣਾ ਮੈਂ ਤੈਨੂੰ ਦੁਸ਼ਮਣ ਬਣਾ ਕੇ ਮੈਂ ਅੱਗੇ ਘੱਟ ਕੀਤੀ ਇਹਨੇ ਤੇਰੀ ਹੈ ਹੁਣ ਮੈਂ ਤਾਂ ਸੁਲਮਾਨ ਕੁਲਫੀ ਖਾਨ ਜਾਣੀ ਰਾਹ ਵਾਲੀ ਤੋਂ ਭਾਈ ਬਾਬੇ ਆਸ਼ਕ ਦੀ ਬਾਬੇ ਸੁਲੇਮਾਨ ਦੀ ਮਸ਼ਹੂਰ ਹੈ ਪੁੱਤਰ ਨਾ ਕੋਈ ਨਹੀਂ ਖਾਨ ਜਾਂਦਾ ਸਾਲਿਆ ਤੂੰ ਤੀਲਾ ਲੈ ਜਾਂਦਾ ਵੀ ਤੂੰ ਕਿੰਨੀਆਂ ਗੱਲਾਂ ਕਰਨਾ ਵੀ ਮਰੇ ਤੁਹਾਡੇ ਰੰਗ ਚੁੱਕੇ ਜਾਣ ਤੇ ਮਤਈਨ ਬਣਾਉਣ ਤੋਂ ਬੈਠੇ ਰਹਿੰਦੇ ਕਿਤਨੇ ਮਰੇ ਇਤਨੇ ਮਰੇ ਜੀਵਨ ਸਾਗਰ ਮੇ ਤੂਨੇ ਪਾਕਿਸਤਾਨ ਦਿਆ ਹੋ ਅਲਾ ਹੋ ਅਲਾ ਥੋੜੀ ਜਿਹੀ ਲਾਣ ਇਧਰ ਵੀ ਪਾ ਦਿਓ ਬਾਬਾ ਬਤ ਜੇ ਗੁੱਟ ਕਿਸੇ ਆ ਰਿਹਾ ਹੈ ਯੇ ਕੌਣ ਹੈ ਦੁਮਚੀ ਕੀ ਬੋਟੀ ਬਾਬਾ ਯਕੀਨ ਕਰਨਾ ਬਾਰ ਬਸ ਕੋਈ ਬੈਠਾਏ ਬਸ
एक बंदे ने बोला चार गलियां छोड़ के नीले रंग का गेट होगा, उधर जाओगे आगे दरख्त लगा होगा, उसमें कबूतर बैठा होगा तुम्हारा, उधर जाकर काम हो जाएगा, उधर से उधर से उधर भी आ गए बस में मरे सानू तो मोड़ भी भूल गए ये कौन है लूडो का सांप आप लोगों को तो जुगत बाजी आती है, हम तो यकीन करो गुटकी से इतना पानी आया है, अल्लाह माफ करे, मेरा जो बड़ा भाई है ना उसके इधर गोडे गोडे पानी आया है, उससे जो बड़ा है उसके इधर इधर पानी आया है, जिप तो बंद कर लो भाई, जिप बांधी है ताड़ी अख उठे पहुंच गई है बाबा भाती, बिस्मिल्लाह यकीन करना कि मैं जब पानी में गया हूं पानी मेरे सर से गुजर गया है। बाबा यकीन करना पंजड़ो रुपया गिलास है बाबा, अरे यकीन करना शीशी भरी गुलाब की पत्थर पे तोड़ दूं, अरे मुर्शिद का आदर हो तो जिंदगी में अपनी निचोड़ दूं, पंजड़ो रुपया गिलास है बाबा, पंजड़ो रुपया गिलास है, आप यकीन करना। अरे फाद मुस्तफा के शो में गया है, उसने पूछा तुम्हारे बाप का नाम क्या है, आगे से बोलता कोई ऑप्शन दो, इनके घर में फकीर आया, बोला है अल्लाह के नाम पे कुछ दो, अपनी बीवी से बोलता है जा जा के दो, पंजड़ो रुपया गिलास है बाबा, पंजड़ो रुपया गिलास है, यकीन कर रहा इसके 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 ओए ओए तुम्हें यही उठा के मारेगा नेजा, मार साले हमारा मालूम नहीं है अपना तीर ही हमें, ये हमारे हाथ में आ गया हमारे तो गोल गाजी बन जाएंगे, मरे तू मेनू मारना अपने दराज चो मेरना पाना बाबा गोल